ਸਰਿਆ ਜੀ 20 ਤਰੀਕ ਨੂੰ ਨਾ ਇੱਕ ਸਾਡੇ ਇੱਥੇ ਸੁਵਿਧਾ ਸੈਂਟਰ ਆ ਜੀ, ਉੱਥੇ ਚੋਰੀ ਹੋ ਗਈ ਸੀ। ਠੀਕ ਹੈ ਜੀ। ਅਤੇ ਸਰਕਾਰੀ ਜਿਹੜਾ ਆਪਣਾ ਸੀਗਾ ਸਾਰਾ ਕੰਮ ਜੀ, ਉਹਦੇ ਵਿੱਚ ਜਿਹੜਾ ਆਪਣੇ ਸਾਡੇ SHO ਨੇ ਵਿਕਰਮ ਜੀ, ਇਹਨਾਂ ਨੇ ਬਹੁਤ ਮਿਹਨਤ ਕਰਕੇ ਚੋਰ ਨੂੰ ਦੂਜੇ ਦਿਨ ਹੀ ਫੜਿਆ ਅਤੇ ਉਹਦੇ ਕੋਲ ਅਸੀਂ ਜਿਹੜਾ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਅਤੇ ਜਿਹੜੀ ਉਹਦੀ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਹੋਰ ਕਿਤੇ ਚੋਰੀਆਂ ਕੀ ਚੋਰੀ ਹੋਇਆ ਸੀ। ਇਸ ਸੰਬੰਧ ਵਿੱਚ ਕੁਝ ਸਮਾਨ ਚੋਰੀ ਹੋਇਆ ਸੀ, ਬੈਟਰੀਆਂ ਵਗੈਰਾ ਚੋਰੀ ਹੁੰਦੀਆਂ ਸਨ ਜੀ, ਉਹ ਅਸੀਂ ਬਰਾਮਦ ਕੀਤੀਆਂ ਨੇ। ਉਹਦੇ ਸੰਬੰਧ ਵਿੱਚ ਜਿਹੜੀ ਹੋਰ ਵੀ ਜਿਹੜੀ ਜਾਂਚ ਪੜਤਾਲ ਚੱਲ ਰਹੀ ਹੈ, ਮੈਂ ਜਿਹੜਾ ਤੁਹਾਡੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਨਸ਼ਾ ਵੇਚਣੇ ਵਾਲੇ ਭੋਲਾ ਟੋਜਨ ਉਹਨਾਂ ਦੀ ਖੈਰ ਨਹੀਂ, ਅਤੇ ਇਸੇ ਤਰ੍ਹਾਂ ਜਿਹੜਾ ਕਾਨੂੰਨ ਨੂੰ ਪਸੰਦ ਕਰਦਾ ਵਿਅਕਤੀ ਹੈ ਉਹਦੀ ਕਦਰ ਕੀਤੀ ਜਾਵੇਗੀ ਅਤੇ ਉਹਦਾ ਵੈਲਕਮ ਕੀਤਾ ਜਾਵੇਗਾ ਅਤੇ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਉਹਨਾਂ 'ਤੇ ਸਖ਼ਤ ਨਜ਼ਰ ਦਿੱਤੀ ਜਾਵੇਗੀ। ਅਸੀਂ ਜਿਹੜਾ ਆਪਣਾ ਇਲਾਕੇ ਦੇ ਵਿੱਚ ਜਿਹੜਾ ਲੈਂਡ ਆਊਟ ਮੀਟਿੰਗ ਰੱਖਾਂਗੇ ਅਤੇ ਲੋਕਾਂ ਦੀ ਜਿਹੜੀ ਆਪਣਾ ਸੁਵਿਧਾ ਲਈ ਅਸੀਂ ਹਰ ਵੇਲੇ ਹਾਜ਼ਰ। ਇਹ ਦੋਸ਼ੀ ਫੜਿਆ ਗਿਆ, ਇਹਦਾ ਕੋਈ ਬੈਗ ਰਿਕਾਰਡ ਕੋਈ ਚੈੱਕ ਕੀਤਾ ਕਿ ਕ੍ਰਿਮੀਨਲ? ਸਰ ਜੀ 20 ਤਰੀਕ ਨੂੰ ਨਾ ਇੱਕ ਸਾਡੇ ਇੱਥੇ ਸੁਵਿਧਾ ਸੈਂਟਰ ਆ ਜੀ, ਉੱਥੇ ਚੋਰੀ ਹੋ ਗਈ ਸੀ। ਠੀਕ ਹੈ ਜੀ। ਅਤੇ ਸਰਕਾਰੀ ਜਿਹੜਾ ਆਪਣਾ ਸੀਗਾ ਸਾਰਾ ਕੰਮ ਜੀ, ਉਹਦੇ ਵਿੱਚ ਜਿਹੜਾ ਆਪਣੇ ਸਾਡੇ SHO ਨੇ ਵਿਕਰਮ ਜੀ, ਇਹਨਾਂ ਨੇ ਬਹੁਤ ਮਿਹਨਤ ਕਰਕੇ ਚੋਰ ਨੂੰ ਦੂਜੇ ਦਿਨ ਹੀ ਫੜਿਆ ਅਤੇ ਉਹਦੇ ਕੋਲ ਅਸੀਂ ਜਿਹੜਾ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਅਤੇ ਜਿਹੜੀ ਉਹਦੀ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਹੋਰ ਕਿਤੇ ਚੋਰੀਆਂ ਕੀ ਚੋਰੀ ਹੋਇਆ ਸੀ। ਇਸ ਸੰਬੰਧ ਵਿੱਚ ਕੁਝ ਸਮਾਨ ਚੋਰੀ ਹੋਇਆ ਸੀ, ਬੈਟਰੀਆਂ ਵਗੈਰਾ ਚੋਰੀ ਹੁੰਦੀਆਂ ਸਨ ਜੀ, ਉਹ ਅਸੀਂ ਬਰਾਮਦ ਕੀਤੀਆਂ ਨੇ। ਉਹਦੇ ਸੰਬੰਧ ਵਿੱਚ ਜਿਹੜੀ ਹੋਰ ਵੀ ਜਿਹੜੀ ਜਾਂਚ ਪੜਤਾਲ ਚੱਲ ਰਹੀ ਹੈ, ਮੈਂ ਜਿਹੜਾ ਤੁਹਾਡੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਨਸ਼ਾ ਵੇਚਣੇ ਵਾਲੇ ਭੋਲਾ ਟੋਜਨ ਉਹਨਾਂ ਦੀ ਖੈਰ ਨਹੀਂ, ਅਤੇ ਇਸੇ ਤਰ੍ਹਾਂ ਜਿਹੜਾ ਕਾਨੂੰਨ ਨੂੰ ਪਸੰਦ ਕਰਦਾ ਵਿਅਕਤੀ ਹੈ ਉਹਦੀ ਕਦਰ ਕੀਤੀ ਜਾਵੇਗੀ ਅਤੇ ਉਹਦਾ ਵੈਲਕਮ ਕੀਤਾ ਜਾਵੇਗਾ ਅਤੇ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਉਹਨਾਂ 'ਤੇ ਸਖ਼ਤ ਨਜ਼ਰ ਦਿੱਤੀ ਜਾਵੇਗੀ। ਅਸੀਂ ਜਿਹੜਾ ਆਪਣਾ ਇਲਾਕੇ ਦੇ ਵਿੱਚ ਜਿਹੜਾ ਲੈਂਡ ਆਊਟ ਮੀਟਿੰਗ ਰੱਖਾਂਗੇ ਅਤੇ ਲੋਕਾਂ ਦੀ ਜਿਹੜੀ ਆਪਣਾ ਸੁਵਿਧਾ ਲਈ ਅਸੀਂ ਹਰ ਵੇਲੇ ਹਾਜ਼ਰ। ਇਹ ਦੋਸ਼ੀ ਫੜਿਆ ਗਿਆ, ਇਹਦਾ ਕੋਈ ਬੈਗ ਰਿਕਾਰਡ ਕੋਈ ਚੈੱਕ ਕੀਤਾ ਕਿ ਕ੍ਰਿਮੀਨਲ? ਸਰ ਜੀ 20 ਤਰੀਕ ਨੂੰ ਨਾ ਇੱਕ ਸਾਡੇ ਇੱਥੇ ਸੁਵਿਧਾ ਸੈਂਟਰ ਆ ਜੀ, ਉੱਥੇ ਚੋਰੀ ਹੋ ਗਈ ਸੀ। ਠੀਕ ਹੈ ਜੀ। ਅਤੇ ਸਰਕਾਰੀ ਜਿਹੜਾ ਆਪਣਾ ਸੀਗਾ ਸਾਰਾ ਕੰਮ ਜੀ, ਉਹਦੇ ਵਿੱਚ ਜਿਹੜਾ ਆਪਣੇ ਸਾਡੇ SHO ਨੇ ਵਿਕਰਮ ਜੀ, ਇਹਨਾਂ ਨੇ ਬਹੁਤ ਮਿਹਨਤ ਕਰਕੇ ਚੋਰ ਨੂੰ ਦੂਜੇ ਦਿਨ ਹੀ ਫੜਿਆ ਅਤੇ ਉਹਦੇ ਕੋਲ ਅਸੀਂ ਜਿਹੜਾ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਅਤੇ ਜਿਹੜੀ ਉਹਦੀ ਹੋਰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਹੋਰ ਕਿਤੇ ਚੋਰੀਆਂ ਕੀ ਚੋਰੀ ਹੋਇਆ ਸੀ। ਇਸ ਸੰਬੰਧ ਵਿੱਚ ਕੁਝ ਸਮਾਨ ਚੋਰੀ ਹੋਇਆ ਸੀ, ਬੈਟਰੀਆਂ ਵਗੈਰਾ ਚੋਰੀ ਹੁੰਦੀਆਂ ਸਨ ਜੀ, ਉਹ ਅਸੀਂ ਬਰਾਮਦ ਕੀਤੀਆਂ ਨੇ। ਉਹਦੇ ਸੰਬੰਧ ਵਿੱਚ ਜਿਹੜੀ ਹੋਰ ਵੀ ਜਿਹੜੀ ਜਾਂਚ ਪੜਤਾਲ ਚੱਲ ਰਹੀ ਹੈ, ਮੈਂ ਜਿਹੜਾ ਤੁਹਾਡੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਨਸ਼ਾ ਵੇਚਣੇ ਵਾਲੇ ਭੋਲਾ ਟੋਜਨ ਉਹਨਾਂ ਦੀ ਖੈਰ ਨਹੀਂ, ਅਤੇ ਇਸੇ ਤਰ੍ਹਾਂ ਜਿਹੜਾ ਕਾਨੂੰਨ ਨੂੰ ਪਸੰਦ ਕਰਦਾ ਵਿਅਕਤੀ ਹੈ ਉਹਦੀ ਕਦਰ ਕੀਤੀ ਜਾਵੇਗੀ ਅਤੇ ਉਹਦਾ ਵੈਲਕਮ ਕੀਤਾ ਜਾਵੇਗਾ ਅਤੇ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਉਹਨਾਂ 'ਤੇ ਸਖ਼ਤ ਨਜ਼ਰ ਦਿੱਤੀ ਜਾਵੇਗੀ। ਅਸੀਂ ਜਿਹੜਾ ਆਪਣਾ ਇਲਾਕੇ ਦੇ ਵਿੱਚ ਜਿਹੜਾ ਲੈਂਡ ਆਊਟ ਮੀਟਿੰਗ ਰੱਖਾਂਗੇ ਅਤੇ ਲੋਕਾਂ ਦੀ ਜਿਹੜੀ ਆਪਣਾ ਸੁਵਿਧਾ ਲਈ ਅਸੀਂ ਹਰ ਵੇਲੇ ਹਾਜ਼ਰ। ਇਹ ਦੋਸ਼ੀ ਫੜਿਆ ਗਿਆ, ਇਹਦਾ ਕੋਈ ਬੈਗ ਰਿਕਾਰਡ ਕੋਈ ਚੈੱਕ ਕੀਤਾ ਕਿ ਕ੍ਰਿਮੀਨਲ?